ਬਿਲਕੁਲ ਜੀ, ਅਸੀਂ ਇਹ ਲਗਾਤਾਰ ਸਾਡੀ ਮਹਿਮ ਜਿਹੜੀ ਆ ਅਸੀਂ ਗਾਇਬ ਗਾਇਬ ਰੇਟ ਮਾਰਾਂਗੇ ਸ਼ਾਮ ਨੂੰ ਸਵੇਰੇ ਜਦੋਂ ਵੀ ਸਾਡੇ ਹੁਣ ਸਾਡਾ ਧਿਆਨ ਜਿਹੜਾ ਬੱਚਿਆਂ ਵੱਲ ਹੋ ਗਿਆ ਵੀ ਇਹ ਬੱਚੇ ਪਤਾ ਲੱਗ ਸਕੇ ਵੀ ਬੱਚੀ ਲਿਆਉਣ ਕਿੱਥੋਂ ਡੇ ਇਹ ਚੀਜ਼ ਦੁਕਾਨਾਂ ਉੱਤੇ। ਇਹ ਲਗਾਤਾਰ ਰੇਟ ਮਾਰ ਰਹੇ ਹਾਂ, ਕੁਝ ਬੱਚਿਆਂ ਤੋਂ ਸਾਨੂੰ ਪਤਾ ਲੱਗਾ ਵੀ ਇਸ ਜਗ੍ਹਾ ਦੇ ਉੱਤੋਂ ਕਿਤੋਂ ਸੇਲ ਹੋ ਰਹੀ ਆ, ਪਰ ਇਹ ਸਾਨੂੰ ਅਜੇ ਪੁਖਤਾ ਕੋਈ ਸਬੂਤ ਨਹੀਂ ਲੱਗਾ। ਜਦੋਂ ਸਾਨੂੰ ਪੁਖਤਾ ਸਬੂਤ ਲੱਗਾ ਤਾਂ ਅਸੀਂ ਪਬਲਿਕਲੀ ਵੀ ਉਹਦਾ ਤੁਹਾਨੂੰ ਮੀਡੀਆ ਰਾਹੀਂ ਵੀ ਉਸੇ ਵਕਤ ਸੂਚਿਤ ਕਰਾਂਗੇ ਅਤੇ ਪੁਲਿਸ ਵਿਭਾਗ ਨੂੰ ਉਸੇ ਵਕਤ ਉਹਦੇ ਖਿਲਾਫ FIR ਲਈ ਕਰਾਂਗੇ ਜ਼ਰੂਰ। ਅੱਜ ਅਸੀਂ 3-4 ਦੁਕਾਨਾਂ 'ਤੇ ਰੇਡ ਕੀਤੀ, ਬਾਕੀ ਵਿੱਚ 1-2 ਤੇ ਹੋਰ ਕਰਾਂਗੇ ਅਤੇ ਅਸੀਂ ਲਗਾਤਾਰ ਜਿਹੜੀ ਆਪਣੀ ਟੀਮ ਜਿਹੜੀ ਆ ਇਹ ਇਸੇ ਕੰਮ ਲਈ ਲੱਗੀ ਹੋਈ। ਮੈਂ ਕਿਹਾ ਜੀ ਅਸੀਂ ਇੱਕ ਇੱਕ ਬੰਦੇ ਦੀ ਡਿਊਟੀ ਲਾਤੀ ਹੈ ਵੀ ਤੁਸੀਂ ਆਪਣੇ ਲੈਵਲ ਤੋਂ ਉੱਤੇ ਪਤਾ ਕਰੋ ਵੀ ਕਿਸੇ ਤਰੀਕੇ ਨਾਲ ਸਾਨੂੰ ਕੋਈ ਬੰਦਾ ਟਰੇਸ ਹੋ ਗਿਆ ਤਾਂ ਉਹਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਨਹੀਂ, ਅਜੇ ਅਸੀਂ 4-5 ਦੁਕਾਨਾਂ ਚੈੱਕ ਕੀਤੀਆਂ ਅਤੇ ਅਜੇ ਕੋਈ ਧਿਆਨ 'ਚ ਨਹੀਂ ਆਇਆ, ਪਰ ਜੇਕਰ ਕੋਈ ਸ਼ਹਿਰ ਦੇ ਵਿੱਚ ਵਿਕਦਾ ਪਾਇਆ ਗਿਆ ਤਾਂ ਜਲਦੀ ਅਸੀਂ ਉਹ ਜਿਹੜਾ ਉਹਦਾ ਨਾਂ ਵੀ ਨਸ਼ਰ ਕਰਾਂਗੇ ਔਰ ਉਹਦੇ ਖਿਲਾਫ਼ ਜਿਹੜੀ ਪੁਲਿਸ ਕਾਰਵਾਈ ਕਰਾਂਗੇ। ਦੁਕਾਨਦਾਰਾਂ ਨੂੰ ਇਹ ਅਵੇਅਰਨੈਸ ਕੀਤੀ ਹੈ ਵੀ ਜੇਕਰ ਕੋਈ ਤੁਹਾਡੇ ਕੋਲ ਬੱਚਾ ਜਾਂ ਕੋਈ ਆਉਂਦਾ ਉਹਨੂੰ ਜਿਹੜਾ ਸੁਚੇਤ ਕੀਤਾ ਜਾਵੇ, ਉਹਨੂੰ ਮੋਟੀਵੇਟ ਕਰੋ ਵੀ ਇਹ ਜਿਹੜਾ ਆ ਕਿਸੇ ਵੀ ਤਰੀਕੇ ਨਾਲ ਸਿਹਤ ਦੇ ਪੱਖੋਂ ਪੰਛੀਆਂ ਦੇ ਪ੍ਰਤੀ ਉਹ ਸਰੀਰ ਦੇ ਪ੍ਰਤੀ ਬਹੁਤ ਮਾੜੀ ਚੀਜ਼ ਆ, ਇਸ ਕਾਰਨ ਇਹ ਡੋਰ ਦੀ ਵਰਤੋਂ ਨਾ ਕਰ। ਕੀ ਜੁਰਮਾਨਾ ਰੱਖਿਆ ਇਹਦੇ ਵਿੱਚ? ਜੁਰਮਾਨਾ ਜਿਹੜਾ ਉਹਦੇ ਵਿੱਚ 1,00,000 ਰੁਪਇਆ ਜੁਰਮਾਨਾ ਅਤੇ 5 ਸਾਲ ਦੀ ਕੈਦ। ਜੇ ਕੋਈ ਬੱਚਾ ਕੋਈ ਚੜਾਉਂਦਾ ਫੜਿਆ ਬਿਲਕੁਲ, ਉਹਦੇ ਉੱਤੇ ਵੀ ਜੋ ਪ੍ਰੋਵੀਜ਼ਨ ਐਕਟ ਦੇ ਮੁਤਾਬਕ ਉਹ ਬਣਦੀ ਕਾਨੂੰਨੀ ਕਾਰਵਾਈ ਹੋਊ। ਬਿਲਕੁਲ ਜੀ, ਅਸੀਂ ਇਹ ਲਗਾਤਾਰ ਸਾਡੀ ਮਹਿਮ ਜਿਹੜੀ ਆ ਅਸੀਂ ਗਾਇਬ ਗਾਇਬ ਰੇਟ ਮਾਰਾਂਗੇ ਸ਼ਾਮ ਨੂੰ ਸਵੇਰੇ ਜਦੋਂ ਵੀ ਸਾਡੇ ਹੁਣ ਸਾਡਾ ਧਿਆਨ ਜਿਹੜਾ ਬੱਚਿਆਂ ਵੱਲ ਹੋ ਗਿਆ ਵੀ ਇਹ ਬੱਚੇ ਪਤਾ ਲੱਗ ਸਕੇ ਵੀ ਬੱਚੀ ਲਿਆਉਣ ਕਿੱਥੋਂ ਡੇ ਇਹ ਚੀਜ਼ ਦੁਕਾਨਾਂ ਉੱਤੇ। ਇਹ ਲਗਾਤਾਰ ਰੇਟ ਮਾਰ ਰਹੇ ਹਾਂ, ਕੁਝ ਬੱਚਿਆਂ ਤੋਂ ਸਾਨੂੰ ਪਤਾ ਲੱਗਾ ਵੀ ਇਸ ਜਗ੍ਹਾ ਦੇ ਉੱਤੋਂ ਕਿਤੋਂ ਸੇਲ ਹੋ ਰਹੀ ਆ, ਪਰ ਇਹ ਸਾਨੂੰ ਅਜੇ ਪੁਖਤਾ ਕੋਈ ਸਬੂਤ ਨਹੀਂ ਲੱਗਾ। ਜਦੋਂ ਸਾਨੂੰ ਪੁਖਤਾ ਸਬੂਤ ਲੱਗਾ ਤਾਂ ਅਸੀਂ ਪਬਲਿਕਲੀ ਵੀ ਉਹਦਾ ਤੁਹਾਨੂੰ ਮੀਡੀਆ ਰਾਹੀਂ ਵੀ ਉਸੇ ਵਕਤ ਸੂਚਿਤ ਕਰਾਂਗੇ ਅਤੇ ਪੁਲਿਸ ਵਿਭਾਗ ਨੂੰ ਉਸੇ ਵਕਤ ਉਹਦੇ ਖਿਲਾਫ਼ FIR ਲਈ ਕਰਾਂਗੇ ਜ਼ਰੂਰ। ਅੱਜ ਅਸੀਂ 3-4 ਦੁਕਾਨਾਂ 'ਤੇ ਰੇਡ ਕੀਤੀ, ਬਾਕੀ ਵਿੱਚ 1-2 ਤੇ ਹੋਰ ਕਰਾਂਗੇ ਅਤੇ ਅਸੀਂ ਲਗਾਤਾਰ ਜਿਹੜੀ ਆਪਣੀ ਟੀਮ ਜਿਹੜੀ ਆ ਇਹ ਇਸੇ ਕੰਮ ਲਈ ਲੱਗੀ ਹੋਈ। ਮੈਂ ਕਿਹਾ ਜੀ ਅਸੀਂ ਇੱਕ ਇੱਕ ਬੰਦੇ ਦੀ ਡਿਊਟੀ ਲਾਤੀ ਹੈ ਵੀ ਤੁਸੀਂ ਆਪਣੇ ਲੈਵਲ ਤੋਂ ਉੱਤੇ ਪਤਾ ਕਰੋ ਵੀ ਕਿਸੇ ਤਰੀਕੇ ਨਾਲ ਸਾਨੂੰ ਕੋਈ ਬੰਦਾ ਟਰੇਸ ਹੋ ਗਿਆ ਅਤੇ ਉਹਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਨਹੀਂ, ਅਜੇ ਅਸੀਂ 4-5 ਦੁਕਾਨਾਂ ਚੈੱਕ ਕੀਤੀਆਂ ਅਤੇ ਅਜੇ ਕੋਈ ਧਿਆਨ 'ਚ ਨਹੀਂ ਆਇਆ, ਪਰ ਜੇਕਰ ਕੋਈ ਸ਼ਹਿਰ ਦੇ ਵਿੱਚ ਵਿਕਦਾ ਪਾਇਆ ਗਿਆ ਤਾਂ ਜਲਦੀ ਅਸੀਂ ਉਹ ਜਿਹੜਾ ਉਹਦਾ ਨਾਂ ਵੀ ਨਸ਼ਰ ਕਰਾਂਗੇ ਔਰ ਉਹਦੇ ਖਿਲਾਫ਼ ਜਿਹੜੀ ਪੁਲਿਸ ਕਾਰਵਾਈ ਕਰਾਂਗੇ। ਦੁਕਾਨਦਾਰਾਂ ਨੂੰ ਇਹ ਅਵੇਅਰਨੈਸ ਕੀਤੀ ਹੈ ਵੀ ਜੇਕਰ ਕੋਈ ਤੁਹਾਡੇ ਕੋਲ ਬੱਚਾ ਜਾਂ ਕੋਈ ਆਉਂਦਾ ਉਹਨੂੰ ਜਿਹੜਾ ਸੁਚੇਤ ਕੀਤਾ ਜਾਵੇ, ਉਹਨੂੰ ਮੋਟੀਵੇਟ ਕਰੋ ਵੀ ਇਹ ਜਿਹੜਾ ਆ ਕਿਸੇ ਵੀ ਤਰੀਕੇ ਨਾਲ ਸਿਹਤ ਦੇ ਪੱਖੋਂ ਪੰਛੀਆਂ ਦੇ ਪ੍ਰਤੀ ਉਹ ਸਰੀਰ ਦੇ ਪ੍ਰਤੀ ਬਹੁਤ ਮਾੜੀ ਚੀਜ਼ ਆ, ਇਸ ਕਾਰਨ ਇਹ ਡੋਰ ਦੀ ਵਰਤੋਂ ਨਾ ਕਰ। ਕੀ ਜੁਰਮਾਨਾ ਰੱਖਿਆ ਇਹਦੇ ਵਿੱਚ? ਜੁਰਮਾਨਾ ਜਿਹੜਾ ਉਹਦੇ ਵਿੱਚ 1,00,000 ਰੁਪਇਆ ਜੁਰਮਾਨਾ ਅਤੇ 5 ਸਾਲ ਦੀ ਕੈਦ। ਜੇ ਕੋਈ ਬੱਚਾ ਕੋਈ ਚੜਾਉਂਦਾ ਫੜਿਆ ਬਿਲਕੁਲ, ਉਹਦੇ ਉੱਤੇ ਵੀ ਜੋ ਪ੍ਰੋਵੀਜ਼ਨ ਐਕਟ ਦੇ ਮੁਤਾਬਕ ਉਹ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।